देख रहे हैं इंस्टा न्यूज। 1947 में अपने परिवार से अलग हुई अमर कौर आज भी पाकिस्तान बैठे अपने भाई बहनों से मिलने के इंतजार में है कि कब दोनों परिवार मिलकर एक दूसरे के साथ अपने सुख दुख साझा करेंगे। ये है अमर कौर अतल आफिजा। 1947 के भारत पाकिस्तान बंटवारे में दो देश तो अलग हुए, उसके साथ साथ बहुत सी लड़कियों और महिलाओं को बहुत कुछ सहना पड़ा। ऐसा जो दर्द आज भी आंखों में दिखाई देता है। अतल आफिजा कैसे बनी अमर कौर, ये कहानी उन्हीं की जुबानी दर्द को बयां करती है। जवान मारिया सब बहुतियां जवान कुड़ियां कोई भी सी 2000 होनी कुड़ी ओरन फटा दा। इस परिवार ਦੇ ਵਿੱਚ ਜਦੋਂ ਕਿਸ ਤਰ੍ਹਾਂ ਆਏ ਤੁਸੀਂ ਇਸ ਪਰਿਵਾਰ ਵਿੱਚ ਉੱਥੋਂ ਐਦਾਂ ਤਾਂ ਲੋਕ ਕਾ ਕਰੇ ਐ ਖੁੰਜੇ ਬੜੋ ਕਰ ਇੱਧਰ ਖੁੰਜੇ ਬੜੋ ਇੱਦਾਂ ਫੇਰ ਕੋ ਕਿਤੇ ਦੌੜ ਗਿਆ ਕਿਤੇ ਇੱਕ ਦੂਜੇ ਨੂੰ ਦੇਖਿਆ ਸੋਹਣਾ ਉਹਨਾਂ ਨਾਲ ਮੇਲ ਕਿਸ ਤਰ੍ਹਾਂ ਹੋਇਆ ਤੁਹਾਡੇ ਹਸਬੰਦ ਉਹਨਾਂ ਲੈਣ ਦਾ ਫੜ ਕੇ ਮੈਂ ਕਿੱਥੇ ਨੂੰ ਖੜਨਾ ਕਦੇ ਇਕੱਠੀਆਂ ਕਰਨੀਆਂ ਇਕੱਠੀਆਂ ਮੈਂ ਕਿਹਾ ਮਾਰਨਾ ਹੋਊਗਾ ਇਹਨੇ ਇਕੱਠੀਆਂ ਕਰਕੇ ਫਿਰ ਉਹਨੇ ਤੁਹਾਡੇ ਨਾਲ ਵਿਆਹ ਕਰਾ ਲਿਆ। ਪਰਿਵਾਰ ਤੋਂ ਅਲੱਗ ਹੋਣ ਤੋਂ ਬਾਅਦ ਕਿਸ ਤਰ੍ਹਾਂ ਦਾ ਅਹਿਸਾਸ ਸੀਗਾ, ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਸੀ ਉਸ ਵਕਤ ਕਿ ਪਰਿਵਾਰ ਤੋਂ ਅਲੱਗ ਹੋ ਗਏ ਜਾਂ ਪਰਿਵਾਰ ਜਿੱਦਾਂ ਹੈ ਜਾਂ ਕਿਸ ਤਰ੍ਹਾਂ ਹੁਣ ਜਦੋਂ ਮਿਲਿਆ ਪਰਿਵਾਰ ਤੁਹਾਨੂੰ ਇੱਥੇ ਆ ਕੇ ਫਿਰ ਹੋਣਾ ਕੀ ਸੀਗਾ ਵੀ ਕੌੜਾ ਘੁੱਟ ਕਰਦੇ ਆ ਪਤਾ ਸੀ ਵੀ ਕਿੱਥੇ ਜਾਣਾ। ਹੁਣ ਕਿੰਨੇ ਬੱਚੇ ਹੋਏ ਵਿਆਹ ਤੋਂ ਬਾਅਦ? ਸਰ 3 ਲੜਕੇ ਤੇ 2 ਲੜਕੀ। ਅੱਛਾ ਜੀ। ਜਦੋਂ ਤੁਹਾਡੇ ਬ੍ਰਦਰ ਦਾ ਮੈਸੇਜ ਆਇਆ ਤੁਹਾਨੂੰ ਮਿਲੇ ਮੇਲ ਹੋਣ ਲੱਗਾ WhatsApp Facebook ਦੇ ਉੱਤੇ ਅੱਜ ਮਿਲਦੇ ਪਏ ਹੋ ਤੁਸੀਂ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਉਹਨਾਂ ਨੂੰ ਅੱਜ ਉਹਨਾਂ ਨਾਲ ਮਿਲ ਕੇ? ਕਿਹੜਾ ਪਰਿਵਾਰ ਨਾਲ ਜਿਹੜੇ ਪਾਕਿਸਤਾਨ ਦੇ ਵਿੱਚ? ਉਹ ਹੁਣੇ ਹੋਇਆ ਥੋੜੇ ਦਿਨ ਹੀ ਹੋਏ ਆਇਆ ਨਾ ਉਹਦਾ ਸੁਨੇਹਾ ਸੁਣਵਾਉਣ ਦੇ ਰਹਿੰਦੇ ਸੀਗੇ। ਅੱਛਾ ਜੀ। ਅਸੀਂ ਆਉਣਾ ਮਿਲਣਾ ਇੱਕ ਜਿੰਦਰਾ ਮਾਰੀ ਔਰ ਸੁਨੇਹਾ ਆਇਆ ਵੀ ਆਉਣਾ ਤਾਂ ਪਤਾ ਸੀਗਾ ਤਾਂ ਫਿਰ ਗੱਲ ਨਹੀਂ ਸੀ ਪਾਉਂਦੇ ਇੰਦਰਾ ਮਾਰ ਸੁੱਟੀ ਫਿਰ ਆ ਹੁਣ ਫਿਰ ਪਿੱਛੇ ਜਾ ਗੜੀ ਫੋਨ ਆਇਆ ਮੁੰਡਾ ਆਇਆ ਕਹਿੰਦਾ ਇਹਨੂੰ ਕਹਿੰਦਾ ਤੇਰੀ ਮਾਂ ਨੂੰ ਭਤੀਜੇ ਦੇ ਮਿਲਣਾ ਚਾਹੁੰਦੇ ਆ ਇਹ ਮੈਨੂੰ ਕਹਿੰਦਾ ਭਾਈ ਹੁਣ ਮਿਲਣਾ ਕਿਹੜਾ ਵੀ ਉਹ ਛੇਤੀ ਨਾ ਜਾਣਾ ਉਹ ਨਹੀਂ ਜਾ ਸੀ ਚੱਲ ਜਾਣਾ। ਪਾਕਿਸਤਾਨ ਹਿੰਦੁਸਤਾਨ ਦੀ ਆਪਸੀ ਤਕਰਾਰ ਚੱਲਦੀ ਪਈ ਹੈ, ਅਜਿਹੇ ਹਾਲਾਤਾਂ 'ਚ ਦੋ ਮੁਲਕਾਂ ਦੇ ਵਿੱਚ ਤੁਸੀਂ ਪਰਿਵਾਰ ਅਲੱਗ ਅਲੱਗ ਰਹਿ ਰਹੇ ਹੋ, ਅਜਿਹੇ ਹਾਲਾਤਾਂ 'ਚ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਿਲਣ? ਮੈਂ ਸਰਕਾਰ ਤੋਂ ਮੰਗ ਕਰਦੀ ਹਾਂ ਵੀ ਮੇਲ ਕਰਨ ਸਾਡਾ ਤਾਂ ਉੱਦਾਂ ਤਾਂ ਉਹ ਫੋਨ ਕਰਦੇ ਆ ਉਹ ਵੀ ਜ਼ੋਰ ਲਾਉਂਦੇ ਪਏ ਸੀ ਆਵਾਂਗੇ ਤਾਂ ਹੁਣ ਉਹ ਕਹਿੰਦੇ। ਬਨਗਾਓ ਕੇ ਪੰਚ ਹਰਵਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੋਨੋਂ ਪਰਿਵਾਰਾਂ ਨੂੰ ਮਿਲਾਣੇ ਮੈਂ ਮਦਦ ਕਰੇ। अमरकोट के छोटे बेटे अमरीक सिंह के मुताबिक उनकी मां ने बहुत समय से अपने परिवार से बिछड़ने का दर्द सहन किया है। वहीं वीडियो कॉल पर अमरकोट अतल आफिजा की भाभी पाकिस्तान और भारत सरकार से दोनों परिवारों को मिलाने के लिए अपील कर रही है। ਅਤੇ ਜਿੱਦਾਂ ਜਿੱਦਾਂ ਇਹਨਾਂ ਦਾ ਹੈਗਾ ਹੂਬ ਟੂ ਹੂਬ ਇਹਨਾਂ ਨੂੰ ਮਿਲਾਇਆ ਜਾਵੇ ਇਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ। ਹਾਲਾਤ ਅੱਛੇ ਨਹੀਂ ਆ ਉਹਨਾਂ ਹਾਲਾਤਾਂ ਨੂੰ ਤੁਸੀਂ ਕੀ ਮੰਨਦੇ? ਉਹਨਾਂ ਹਾਲਾਤਾਂ 'ਚ ਤਾਂ ਅਸੀਂ ਇਹ ਕਹਿ ਸਕਦੇ ਵੀ ਜਦੋਂ ਹਾਲਾਤ ਠੀਕ ਹੋਣ ਤਾਂ ਉਦੋਂ ਇਹਨਾਂ ਦੀ ਇਹਨੂੰ ਮਿਲਾਉਣ ਦੀ ਜਿਹੜੀ ਕਾਰਵਾਈ ਸਰਕਾਰ ਸੋਚੇ।
ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਕਿਸੇ ਤਰ੍ਹਾਂ ਸਾਨੂੰ ਮਿਲਣ, ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਉਹ ਵੀ ਆ ਜਾਣ, ਅਸੀਂ ਵੀ ਇਹ ਚਲੋ ਉੱਥੇ ਕਿਸੇ ਤਰ੍ਹਾਂ ਚੱਲ ਜਾਈਏ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਅਸੀਂ ਜਾਣਾ ਚਾਹੁੰਦੇ ਹਾਂ, ਚਲੋ ਸਾਡੇ ਮਾਮੇ ਮਿਲ ਗਏ ਆ, ਸਾਡੀਆਂ ਭਤੀਜੀਆਂ ਭੈਣਾਂ ਸਾਡੀਆਂ, ਅਤੇ ਚਲੋ ਅਸੀਂ ਕਿਸੇ ਤਰ੍ਹਾਂ ਮਿਲ ਲਈਏ ਸਾਰੇ ਜਾਣੇ। ਹੋਰ ਫੋਨ ਤੇ ਹੁੰਦੀ ਹੁੰਦੀ ਗੱਲ? ਹਾਂਜੀ, ਰੋਜ਼ ਪਰਸੋਂ ਆਇਆ ਸੀ ਫੋਨ, ਮੇਰੀ ਭਤੀਜੀ ਦੇ ਭਤੀਜੇ ਦੀ ਕੁੜੀ ਦਾ ਫੋਨ ਆਇਆ ਸੀ। ਹਾਂ, ਉਹ ਕਹਿੰਦੀ ਚਾਚੇ ਨਾਲ ਗੱਲ ਕਰਾਓ, ਇੱਥੇ ਸਾਰੇ ਤੁਸੀਂ ਬਿੱਠੇ ਸੀ, ਸਾਡੇ ਕੋਲ ਆ ਫੋਨ ਆ ਨਹੀਂ ਨਾ ਦੂਆ, ਅਤੇ ਪਹਿਲਾਂ ਵੋਟੀ ਸਾਡੀ ਇੱਥੇ ਉਹ ਲਾਉਣ ਦੀ ਫੋਨ। ਹੁਣ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਸਾਹਿਬ ਮਿਲਣਾ ਚਾਹੁੰਦੇ ਹਾਂ ਅਸੀਂ, ਚੱਲ ਮਿਲ ਜਾਣ ਕਿਸੇ ਤਰ੍ਹਾਂ ਵੀ। ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਤੋਂ ਅਸੀਂ ਕੀ ਮੰਗ ਕਰਾਂਗੇ ਵੀ ਸਾਨੂੰ ਮੁੜਾ ਲੈਣ ਹੋਰ ਅਸੀਂ।